ਫਰਕਾ ਕਿਉਂਕਿ ਇਹਦੇ ਵਿੱਚ ਮੈਂ ਇਕੱਲਾ ਨਹੀਂ ਸੀਗਾ ਤੁਸੀਂ ਸਾਰੇ ਨਾਲ ਹੀ ਸੀਗੇ ਸਾਡੀ ਸਾਰੀ ਟੀਮ ਇਕੱਲੀ ਨਹੀਂ ਸੀਗੀ ਸੋ ਤੁਹਾਡੇ ਸਾਰਿਆਂ ਲਈ ਤਾੜੀਆਂ ਯਾਰ ਬਹੁਤ ਵਧੀਆ ਤੁਸੀਂ ਸਪੋਰਟ ਕੀਤਾ ਤੇ ਲੋਕਾਂ ਤੱਕ ਸਾਡੀਆਂ ਗੱਲਾਂ ਪਹੁੰਚੀਆਂ ਨੇ ਐਂਡ ਉਹ ਲੋਕਾਂ ਦਾ ਜਿਹੜਾ ਸਪੋਰਟ ਆ ਉਹ ਤੁਹਾਡੀਆਂ ਗੱਲਾਂ ਮਿਲਣ ਤੋਂ ਬਾਅਦ ਹੀ ਜ਼ਿਆਦਾ ਸਾਨੂੰ ਮਿਲਿਆ ਸੋ ਤੁਹਾਡਾ ਸਾਰਾ ਤੁਹਾਨੂੰ ਮੁਬਾਰਕਾਂ ਤੁਹਾਨੂੰ ਸਾਰਿਆਂ ਨੂੰ ਥੈਂਕ ਯੂ ਸੋ ਮੱਚ ਸੋ ਹੁਣ ਜਿਹੜੇ ਲੋਕ ਨੇ ਕਦੇ ਕੱਲ ਨਿਰਾਸ਼ ਸੀਗੇ ਤੁਹਾਡੇ ਹੁਣ ਆਬਵੀਅਸਲੀ ਡਬਲ ਐਕਸਾਈਟਮੈਂਟ ਹੈ ਉਹਨਾਂ ਦੀ ਨਾ ਆਪਣੇ ਉਹਨਾਂ ਫੈਨਸ ਲਈ ਜ਼ਰੂਰ ਕੁਝ ਨਾ ਕੁਝ ਕਹੋ ਜਿਹੜੇ ਹੁਣ ਆਪਣੇ ਨਾਲ ਗੱਡੀਆਂ ਭਰ ਭਰ ਕੇ ਜਾ ਰਹੇ ਨੇ ਫਿਲਮਾਂ ਵਿੱਚ ਨਹੀਂ ਮੈਂ ਬਹੁਤ ਸ਼ੁਕਰੀਆ ਕਰਦਾ ਸਾਰਿਆਂ ਦਾ ਐਂਡ ਤੁਹਾਨੂੰ ਇੱਕ ਹੋਰ ਗੱਲ ਦੱਸਦਾ ਇਸ ਸਾਲ ਦੀ ਇਹ ਪਹਿਲੀ ਫਿਲਮ ਹੈ ਜਿਹਦੇ ਵਿੱਚ ਪਹਿਲੇ ਸ਼ੋਅ ਫੁੱਲ ਹੋ ਰਹੇ ਨੇ ਕੀ ਬਾਤ ਨਹੀਂ ਤੇ ਪੰਜਾਬੀ ਫਿਲਮਾਂ 'ਚ ਪਹਿਲੇ ਸ਼ੋਅ ਨਹੀਂ ਹੁੰਦੇ ਸਾਰੇ ਪਰਮਾਤਮਾ ਦੀ ਕਿਰਪਾ ਤੇ ਤੁਹਾਡੇ ਸਾਰਿਆਂ ਦੀ ਸਪੋਰਟ ਤੇ ਸਾਰੇ ਜਿੰਨੇ ਵੀ ਦਰਸ਼ਕ ਨੇ ਜਿੰਨੇ ਵੀ ਆਡੀਅੰਸ ਉਹਨਾਂ ਦਾ ਦੇਖਣਾ ਤੇ ਉਹਨਾਂ ਦੀ ਸਾਥ ਦੇਣ ਦੇ ਕਰਕੇ ਹੀ ਹੈ ਸਾਰਾ ਕੁਝ ਸੋ ਤੁਸੀਂ ਜਦੋਂ ਸਾਡੇ ਡਿਸਟ੍ਰੀਬਿਊਟਰ ਨੇ ਉਹਨਾਂ ਨੂੰ ਦੱਸਿਆ ਕਹਿੰਦੇ ਕਿ ਅੱਜ ਤੱਕ ਇਦਾਂ ਨਹੀਂ ਹੋਇਆ ਕਿ ਜਿੱਦਾਂ ਪਹਿਲੇ ਜਿਹੜੇ ਸ਼ੋਅਜ਼ ਹੁੰਦੇ ਆ ਉਹ ਬਠਿੰਡੇ ਮਾਨਸੇ ਸੰਗਰੂਰ ਅੰਮ੍ਰਿਤਸਰ ਜਲੰਧਰ ਸਾਰੇ ਪਾਸੇ ਫੁੱਲ ਹੋਣਾ ਸੋ ਪਰਮਾਤਮਾ ਦਾ ਤੁਹਾਡਾ ਸਾਰਾ ਦਾ ਫਿਰ ਜੈ ਦੇ ਰੀਚ ਹੈਗੀ ਆ ਮਤਲਬ ਨਾ ਉਹ ਰੌ ਆਡੀਅੰਸ ਆ ਜੈ ਜੈ ਕੁਛ ਨਹੀਂ ਹੈਗਾ ਜਿਹੜੀ ਜੈ ਨਹੀਂ ਹੈਗਾ ਕੁਛ ਇਹ ਪਹਿਲਾ ਕੰਟੈਂਟ ਆ ਦੂਜੀ ਸੱਚਾਈ ਆ ਤੀਜੀ ਇਮਾਨਦਾਰੀ ਆ ਚੌਥੀ ਇਹ ਸਾਰੀ ਟੀਮ ਦਾ ਹਾਰਡ ਵਰਕ ਆ ਸਭ ਤੋਂ ਇੰਪੋਰਟੈਂਟ ਗੱਲ ਆ ਜਿੱਥੇ ਦਰਸ਼ਕਾਂ ਦਾ ਸਾਥ ਮਿਲਿਆ ਨਾ ਮੀਡੀਆ ਦਾ ਤੁਸੀਂ ਕਹਿੰਦੇ ਸਾਥ ਤੁਹਾਨੂੰ ਮਿਲਿਆ ਇੰਡਸਟਰੀ ਦਾ ਬਹੁਤ ਸਪੋਰਟ ਆਈ ਆ ਜੀ 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 ਮੈਨੂੰ ਹੁਣ ਅੱਜ ਵੀ ਬੜੇ ਮੈਸੇਜਸ ਫੋਨ ਆ ਰਹੇ ਕਿ ਬਹੁਤ ਵਧੀਆ ਹੋ ਗਿਆ ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ ਤੋਂ ਆਪਾਂ ਜਦੋਂ ਕੱਲ ਵੀ ਗੱਲ ਕੀਤੀ ਹੈ ਨਾ ਸੋ ਬਸ ਹੁਣ ਇਸ ਟਾਈਮ ਤਾਂ ਵਧੀਆ ਲੱਗ ਰਿਹਾ ਕਿ ਵਧੀਆ ਗੱਲ ਆ ਐਂਡ ਪਰਮਾਤਮਾ ਕਦੀ ਵੀ ਪਿੱਠ ਨਹੀਂ ਲੱਗਣ ਦਿੰਦਾ ਜਦੋਂ ਤੁਸੀਂ ਇਮਾਨਦਾਰ ਹੁੰਦੇ ਆ ਸਹੀ ਹੁੰਦੇ ਆ ਹੈ ਨਾ ਸੋ ਕਿਉਂਕਿ ਇਕੱਲੀ ਮੇਰੀ ਨਹੀਂ ਅਮਨੀਸ਼ ਭੱਟ ਸਰ ਮੇਰੇ ਨਾਲ ਖੜੇ ਨੇ ਡਾਇਰੈਕਟਰ ਨੇ ਹੈ ਨਾ ਇਹਨਾਂ ਨੇ ਸਾਰੀ ਇਹਨਾਂ ਨੇ ਬਹੁਤ ਮਿਹਨਤ ਕੀਤੀ ਕਿ ਕਦੀ ਕੈਮਰੇ ਅੱਗੇ ਨਹੀਂ ਆਏ ਪਿਛਲੀ ਫਿਲਮ ਵਿੱਚ ਉੱਭਰ ਵੀ ਇਹਨਾਂ ਨੇ ਬਣਾਈ ਸੀ ਸੋ ਫਸਟ ਟਾਈਮ ਅਸੀਂ ਮਤਲਬ ਤੁਸੀਂ ਸਾਨੂੰ ਕੈਮਰੇ ਅੱਗੇ ਖੜਨ ਜੋਗਾ ਲਾਈਕ ਕੀਤਾ ਬਹੁਤ ਵੱਡੀ ਗੱਲ ਆ ਵੀਰੇ ਮੈਂ ਦੱਸ ਕੇ ਹਟਾ ਹੁਣੇ ਕਿ ਪਹਿਲੇ ਸ਼ੋਅ ਬੁੱਕ ਹੋਣੇ ਬਹੁਤ ਪਰਮਾਤਮਾ ਦੀ ਕਿਰਪਾ ਤੇ ਤੁਹਾਡੇ ਸਾਰਿਆਂ ਦਾ ਸਾਥ ਤੇ ਜਿਹੜੇ ਦੇਖਣਗੇ ਉਹਨਾਂ ਸਾਰਿਆਂ ਦੀ ਸਪੋਰਟ ਸੋ ਵਧੀਆ ਲੱਗ ਰਿਹਾ ਬਣੀ ਜਾਂ ਕਿਦਾਂ ਦਾ ਐਕਸਾਈਟਮੈਂਟ ਆ ਹੁਣ ਬਹੁਤ ਵਧੀਆ ਹੋਸ਼ ਆ ਮਨ ਬਹੁਤ ਸਾਰਾ ਹੁਣ ਤਾਂ ਨਹੀਂ ਕੋਈ ਹੈ ਜੀ ਕਿਦਾਂ ਦੀ ਨਹੀਂ ਨਹੀਂ ਬਣੀ ਜਾਂ ਬਣ ਗਿਆ ਕੀ ਰਾਜੇ ਜਿਹੜੀ ਖੁਸ਼ੀ ਮਤਲਬ ਅਲੱਗ ਹੀ ਖੁਸ਼ੀ ਦਿਖ ਰਹੀ ਹੈ ਤੁਹਾਡੇ ਚਿਹਰੇ ਤੇ ਬਹੁਤ ਖੁਸ਼ ਆ ਜੀ ਆਡੀਅੰਸ ਦੀ ਡਿਮਾਂਡ ਤੇ ਆ ਰਾਜ ਕਰਨ ਵਾਲਾ ਡਾਇਲੌਗ ਬੋਲ ਜੀ ਭਾਜੀ ਉਧਰ ਦੇ ਪਰਿਆਵਰਨ ਰਾਜ ਕਰਨ ਦਾ ਰਾਜ ਸਾਲਾ ਪਤਾ ਲੱਗ ਜਾ ਦੁਨੀਆ ਨੂੰ ਕਿ ਆਏ ਆ ਤਰ ਭਾਈ ਇੰਡਸਟਰੀ ਐਡ ਕਰ ਦੇ ਭਾਈ ਨਹੀਂ ਨਹੀਂ ਯਾਰ ਦੇਖੋ ਮੈਂ ਜੋ ਹੋ ਗਿਆ ਉਹ ਆ ਗਿਆ ਸਾਰੀਆਂ ਗੱਲਾਂ ਪਤਾ ਕਿੱਥੇ ਤੱਕ ਹੁੰਦੀਆਂ ਨੇ ਜਦੋਂ ਤੱਕ ਤੁਹਾਡੀ ਮਿਹਨਤ ਲੋਕਾਂ ਤੱਕ ਨਹੀਂ ਜਾਂਦੀ ਨਹੀਂ ਹੁਣ ਤਾਂ ਨਹੀਂ ਲੱਗਦਾ ਕਿ ਫਰਾਈਡੇ ਮਿਸ ਹੋ ਗਿਆ ਕਿ ਲੋਕਾਂ ਦਾ ਰਿਸਪੌਂਸ ਜਿਵੇਂ ਆ ਰਿਹਾ ਨਹੀਂ ਮੈਂ ਇਹ ਆਪਾਂ ਉਹਨਾਂ ਗੱਲਾਂ ਨੂੰ ਕਿਉਂ ਗੱਲ ਕਰਨੀ ਹੈ ਨਾ ਆਪਾਂ ਇਹ ਗੱਲ ਕਰਦੇ ਕਿ ਜਿੰਨੇ ਵੀ ਲੋਕ ਅੱਜ ਅਸੀਂ 12 ਵਜੇ ਆ ਸੋ ਮੇਰੇ ਕੋਲੇ ਪਤਾ ਨਹੀਂ ਹਜ਼ਾਰਾਂ ਵੀਡੀਓ ਨੇ ਜਿਹੜੀਆਂ ਥੀਏਟਰਾਂ 'ਚੋਂ ਆਈਆਂ ਨੇ ਮੈਨੂੰ ਸੋ ਸਾਡੇ ਲਈ ਤੁਹਾਡੇ ਲਈ ਐਂਡ ਇਹ ਸਾਰੇ ਆਮ ਲੋਕਾਂ ਲਈ ਬਹੁਤ ਖੁਸ਼ਖਬਰੀ ਦੀ ਗੱਲ ਆ ਕਿਉਂਕਿ ਅਸੀਂ ਆਮ ਬੰਦੇ ਦੀ ਗੱਲ ਕਰਦੇ ਸੀ ਆਮ ਤਰੀਕੇ ਨਾਲ ਹੀ ਗੱਲ ਕਰਦੇ ਅਤੇ ਹਮੇਸ਼ਾ ਕਦੀ ਵੀ ਕਿਸੇ ਅੱਗੇ ਐਂ ਨਹੀਂ ਕੀਤਾ ਕਿ ਯਾਰ ਸਾਡੇ ਕੜੀ ਹੱਥ ਅੱਡੇ ਆ ਕਿਸੇ ਬੰਦੇ ਨੂੰ ਵੀ ਸਾਡੀ ਮਦਦ ਕਰੋ ਪਰ ਸਾਰੀ ਲੋਕਾਂ ਦੇ ਕਰਕੇ ਹੀ ਹੈ ਸਾਰਾ ਕੁਛ ਕਿਉਂਕਿ ਆਡੀਅੰਸ ਨੇ ਹੀ ਸਾਰਾ ਕੁਛ ਦਿੱਤਾ ਤੁਸੀਂ ਸਪੋਰਟ ਕੀਤੀ ਆਪਾਂ ਇਹ ਜੰਗ ਮੇਰੀ ਇਕੱਲੇ ਦੀ ਥੋੜ੍ਹੀ ਸੀ ਇਹ ਜੰਗ ਹਰ ਆਮ ਬੰਦੇ ਦੀ ਜੰਗ ਸੀ ਕਿਉਂ ਚੋਪਰ ਦੇ ਐਂਡ ਤੇ ਸਾਨੂੰ ਮੈਡਲ ਦਾ ਉਹ ਮਿਲ ਗਿਆ ਸੀ ਜਿਹੜਾ ਹਿੰਟ ਹੁਣ ਅਸੀਂ ਹਿੰਟ ਲੱਭਣੇ ਆ ਤੇ ਹਾਂ ਇਸ ਫਿਲਮ 'ਚ ਅਗਲੀ ਫਿਲਮ ਦਾ ਨਾਮ ਹੈਗਾ ਇਹ ਗੱਲ ਦੀ ਗਰੰਟੀ ਹੈ ਹਾਂ ਇੱਥੇ ਇਹ ਗੱਲ ਪ੍ਰੋਡਿਊਸਰਾਂ ਨੂੰ ਵੀ ਨਹੀਂ ਪਤਾ ਮੈਨੂੰ ਤੇ ਮਨੀਸ਼ ਸਰ ਨੂੰ ਪਤਾ ਬਸ ਤੇ ਪਿਛਲੀ ਫਿਲਮ 'ਚ ਵੀ ਮੈਡਲ ਦਾ ਐਂਡ ਸੀ ਉਹਨਾਂ ਨੂੰ ਨਹੀਂ ਪਤਾ ਸੀ ਸੋ ਇਹ ਇਹ ਮੇਰੀ ਮਨੀਸ਼ ਸਰ ਦੀ ਹੁੰਦੀ ਹੈ ਤੇ ਮਨੀਸ਼ ਸਰ ਤੋਂ ਪੁੱਛੋ ਮਨੀਸ਼ ਸਰ ਨੂੰ ਕਿਵੇਂ ਲੱਗ ਰਿਹਾ ਆਫ ਕੋਰਸ ਸਰ ਤੁਸੀਂ ਚੋਪਰ 'ਚ ਵੀ ਕੰਮ ਕੀਤਾ ਰਾਈਟ ਹਾਂਜੀ ਸੋ ਇਸ ਵਾਰ ਵੀ ਕਿਵੇਂ ਦਾ ਤੁਹਾਡਾ ਐਕਸਪੀਰੀਅੰਸ ਹੁੰਦਾ ਹੈ ਜੈ ਨਾਲ ਔਰ ਜੈ ਦੀ ਜਦੋਂ ਗਰਾਊਂਡ ਲੈਵਲ ਤੇ ਗੱਲ ਹੁੰਦੀ ਹੈ ਨਾ ਮਤਲਬ ਸਭ ਤੋਂ ਪਹਿਲਾਂ ਗੱਲ ਐਕਟਿੰਗ ਦੀ ਆ ਕਿਸੇ ਹੋਰ ਚੀਜ਼ ਦੀ ਇਹ ਹੁੰਦੀ ਹੈ ਕਿ ਮਿਹਨਤ ਹੀ ਬਹੁਤ ਜ਼ਿਆਦਾ ਆ ਇਹ ਮੁੰਡਾ ਸੋ ਕਿਵੇਂ ਲੱਗਦਾ ਹੈ ਤੁਹਾਨੂੰ ਇਹਨਾਂ ਨਾਲ ਕੰਮ ਕਰਕੇ ਨਹੀਂ ਨਹੀਂ ਮੈਂ ਤੂੰ ਬਹੁਤ ਖੁਸ਼ ਨਸੀਬ ਹੂੰ ਕਿ ਨਾ ਜੈ ਜੈ ਮੇਰੇ ਸਾਥ ਫਿਲਮ ਕਰਤਾ ਹੈ ਹਾਂਜੀ ਮੇਰੇ ਲਈ ਬਹੁਤ ਬੜੀ ਬਾਤ ਹੈ ਕਿਉਂਕਿ ਆਪਣੇ ਆਪ ਖੁਦ ਆਪਣੇ ਆਪ ਰੈਡੀ ਹੁੰਦਾ ਹੈ ਆਪਣੇ ਆਪ ਤਿਆਰ ਇਸ ਕੀ ਤਿਆਰੀ ਖੁਦ ਬਹੁਤ ਮਜ਼ਬੂਤ ਹੈ ਤੋ ਇਤਨੀ ਮਿਹਨਤ ਨਹੀਂ ਕਰਨੀ ਪੜਤੀ ਥੋੜੀ ਜੀ ਕਰਨੀ ਪੜਤੀ ਹੈ ਇਤਨੀ ਨਹੀਂ ਕਰਨੀ ਪੜਤੀ ਲੇਕਿਨ ਲੜਨੇ ਸੇ ਰੋਕਨੇ ਕੇ ਲੀਏ ਕਰਨੀ ਪੜਤੀ ਹੈ ਲੇਕਿਨ ਮੈਂ ਬਹੁਤ ਖੁਸ਼ ਹੋ ਜਾਏਗਾ ਸਾਥ ਕੰਮ ਕਰਕੇ ਜੈ ਜੈ ਭਾਜੀ ਸੈੱਟ ਤੇ ਕਿੱਦਾਂ ਰਹਿੰਦੇ ਆ ਉੱਥੇ ਕੂਲ ਰਹਿੰਦੇ ਜਾਂ ਉੱਥੇ ਵੀ ਥੋੜਾ ਹਾਈਪਰ ਹੋ ਜਾਂਦੇ ਆ ਨਹੀਂ ਨਹੀਂ ਜੈ ਕਭੀ ਹਾਈਪਰ ਨਹੀਂ ਹੁੰਦਾ ਲੇਕਿਨ ਇਸ ਕੇ ਹਰ ਚੀਜ਼ ਮੇਂ ਨਾ ਲੌਜਿਕ ਹੁੰਦਾ ਹੈ ਇਹ ਲੌਜਿਕ ਮੰਗਤਾ ਕਿ ਇਹ ਮੈਂ ਕਰ ਰਹਾ ਹਾਂ ਤੋ ਕਿਉਂ ਕਰ ਰਹਾ ਹਾਂ ਇਸ ਕੋ ਆਪ ਜਵਾਬ ਦੇ ਦੋ ਇਹ ਸੰਤੁਸ਼ਟ ਹੋ ਜਾਏਗਾ ਔਰ ਫਿਰ ਮੈਂ ਵੀ ਲੌਜਿਕ ਮੰਗਤਾ ਹੂੰ ਇਹ ਦੇ ਦੇਗਾ ਤੁਮ ਤੋ ਹਮਾਰਾ ਬੜਾ ਵੈਸੇ ਕੈਮਿਸਟਰੀ ਹੈ ਕਿ ਲੈਣ ਦੇਣ ਦਾ ਹਿਸਾਬ ਕਿਤਾਬ ਹੈ ਮਤਲਬ ਜੋ ਸਹੀ ਹਾਂ ਇੱਕਦਮ ਹਮੇਸ਼ਾ ਆਜ ਤੱਕ ਔਰ ਉੱਪਰ ਵਾਲਾ ਕਰੇਗਾ ਹਮੇਸ਼ਾ ਬਣਾ ਰਹੇਗਾ ਤੁਸੀਂ ਬਹੁਤ ਬਾਰੀਕੀ ਦੇ ਨਾਲ ਕੰਮ ਕਰਦੇ ਹੋ ਬਹੁਤ ਤੁਹਾਡਾ ਮਤਲਬ ਤੁਹਾਨੂੰ ਬਹੁਤ ਸਾਰੀਆਂ ਉਮੀਦਾਂ ਨੇ ਸਾਨੂੰ ਤੁਹਾਡੇ ਤੋਂ ਤੇ ਉਹਦੀ ਤੁਸੀਂ ਵਧਾਈ ਦੇ ਪਾਤਰ ਹੋ ਤੇ ਬਹੁਤ ਸੋਹਣਾ ਕੰਮ ਕਰਦੇ ਹੋ ਥੈਂਕ ਯੂ ਆਪ ਫਿਲਮ ਦੇਖੇਗਾ ਔਰ ਫਿਲਮ ਕੇ ਬਾਅਦ
एक बार बात करेंगे, कैसा लगता है आप तो मजा आएगा देखने में। गाने भी सुनने हैं। हां जी हां जी हां जी सुनिए जरूर। बाकी मीडिया का बहुत बहुत धन्यवाद जिन्होंने इतना ज्यादा पॉजिटिव रिस्पांस दिखाया ते लोकां तक साडी गल बहुत वधिया तरीके नाल पहुंचाई। थैंक यू सो मच गाइस, थोड़े सारेयां दा बहुत बहुत धन्यवाद। जे मैं पूछ रहा सी तुसी सैटिस्फाइड हो कल दे दिन च ते अज दे दिन च कुछ फर्क लग रहा है? मैं पूरा सैटिस्फाइड हां, सारे पासे हाउस फुल चल रहा है। बड़ी वड्डी गल आ यार, परमात्मा दी बड़ी कृपा आ। बहुत बहुत शुक्रिया सारी ऑडियंस का जिन्होंने सपोर्ट किया, घरों निकल के आए थिएटर से बैठे, हूँ भी नाल नाल मेरे मनीष भाई बैठे थे, मैं नाल ही दसी आते जी, जय जी दसी आते नाल कि आ भी हाउसफुल हो गया, भी हाउसफुल हो गया। सो शुक्र एंड नगर पंजाब खाया जी कणक मक्की मैंने लगता है कोई बयान नहीं कर सकता, पूरा पंजाब ही खाता हमेशा पंजाब लुटने आए पर पंजाब की खून गैरत है। बेसिकली चीज का मैसेज जसी लोखा भीर ने लिखा सारा है ना, सो पंजाब कनैक्ट किया कहने कि पंजाब दी फिल्मां होर इदां दी बननी चाहिए तो होर वधिया दी बनियां होनी चाहिए। अच्छा जे तुसी कह रहे सी शो हाउसफुल जाते पे ने, जे लई मैटर की करदा है जे नू एप्रिसिएशन मिले या हाउसफुल जान शो? मैनू दोनों चीज़ा ही मैटर करदियां, सो हाउसफुल तां ही जांदे ने जे चीज़ वधिया है। सो कदी इदां नहीं हो सकदा कि तुहाडी चीज़ माड़ी तां हाउसफुल जा रही है, चीज़ तां जे वधिया लग रही है तो तां ही हाउसफुल जांदे आ, ते उह कल्ली मेरे करके नहीं गई, उह सारी टीम दी मेहनत आ परमात्मा दी कृपा करके। ਸੋ ਜੈ ਵੀਰੇ ਇਸ ਵਕਤ ਤੁਹਾਡਾ ਦਿਲ ਕੀ ਕਹਿੰਦਾ, ਤੁਹਾਡੀ ਕਿੱਦਾਂ ਦੀ ਫੀਲਿੰਗ ਆ ਖੁੱਲ੍ਹ ਕੇ ਜੇ ਮੈਂ ਪੁੱਛਾਂ ਤਾਂ? ਇਸ ਟਾਈਮ ਵੀਰੇ ਪਤਾ ਸੁਣਨਾ ਮੈਂ ਤਾਂ, ਮੇਰੇ ਦਿਲ ਦੀ ਧੜਕਣ ਬਹੁਤ ਵਧੀ ਹੋਈ ਆ, ਮੈਂ ਆਪਦੀ ਫਿਲਮ ਦੇਖੀ ਆ, ਮੈਂ ਅਸੀਂ ਡਬਿੰਗ 'ਤੇ ਵੀ ਦੇਖੀ, ਉੱਦਾਂ ਵੀ ਬੜੀ ਵਾਰ ਦੇਖ ਲਈ, ਪਰ ਜਦੋਂ ਆਪਦੇ ਆਪ ਨੂੰ ਜਿੱਦਾਂ ਥੀਏਟਰ 'ਤੇ ਦੇਖਿਆ ਨਾ ਤਾਂ ਮੈਨੂੰ ਖੁਦ ਨੂੰ ਬਹੁਤ ਵਧੀਆ ਲੱਗਿਆ, ਮੈਨੂੰ ਲੱਗਿਆ ਕਿ ਯਾਰ ਵਧੀਆ, ਮਤਲਬ ਵਧੀਆ ਫਿਲਮ ਬਣੀ। ਇਮੋਸ਼ਨ ਕਿੰਨੇ ਜ਼ਿਆਦਾ ਹੋਏ ਕਿਉਂਕਿ ਹਰ ਕਿਸੇ ਦੇ ਅੱਖਾਂ, ਮੈਂ ਹਾਂ ਸਾਰਿਆਂ ਦੀਆਂ ਅੱਖਾਂ ਨਮ ਸੀਗੀਆਂ, ਸੋ ਮੈਂ ਥੀਏਟਰ 'ਚ ਆਪਦੀ ਫਿਲਮ ਦੇਖ ਕੇ ਬੰਦਾ ਨਹੀਂ ਰੋਂਦਾ ਹੈ ਨਾ, ਪਰ ਸਾਨੂੰ ਲੱਗਦਾ ਨਹੀਂ ਸੀ ਵੀ ਜੈ ਇੰਨਾ ਭਾਵੁਕ ਵੀ ਹੋ ਸਕਦਾ। ਮੈਂ ਆਪਦੇ ਆਪ ਤੋਂ ਇਮੇਜਿਨ ਨਹੀਂ, ਮੈਂ ਆਪਦੇ ਆਪ ਤੋਂ ਐਕਸਪੈਕਟ ਨਹੀਂ ਕਰ ਸਕਦਾ ਕਿ ਮੈਂ ਇੱਦਾਂ ਹੋ ਸਕਦਾ, ਸੱਚੀ ਮੈਂ ਪਹਿਲਾਂ ਪਹਿਲੀ ਵਾਰੀ ਇੱਦਾਂ ਹੋਇਆ ਨਹੀਂ, ਉਹ ਹੁੰਦਾ ਹੀ ਨਹੀਂਗਾ, ਪਰ ਪਤਾ ਨਹੀਂ ਕੁਝ ਕੁ ਲੋਕ ਨੇ ਜੋ ਉਹਦੇ ਖਾਸ ਨੇ, ਯਾਤਰਾ ਵੀ ਉਹ ਆਪ ਆਇਆ ਸੀਗਾ, ਤੁਸੀਂ ਲਾਈਵ ਸੁਣਿਆ ਤੁਸੀਂ ਸਾਰਿਆਂ ਨੇ, ਸੋ ਬੜਾ ਸ਼ੁਕਰ ਆ ਪਰਮਾਤਮਾ ਦਾ ਇਹ ਤੁਹਾਡਾ ਸਭ ਦਾ। ਬਾਕੀ ਬਾਣੀ ਬਾਣੀ ਦੱਸੋ ਬਾਣੀ ਤੁਹਾਡੀ ਕਿਦਾਂ ਲੱਗੀ? ਤੁਸੀਂ ਇਮੋਸ਼ਨਲ ਹੋਏ ਸੀਗੇ ਬਹੁਤ ਜ਼ਿਆਦਾ, ਥੋੜਾ ਅੱਗੇ ਆ ਜਾਓ, ਲੈ ਕੇ ਅੱਜ ਮੂਵੀ ਫਾਈਨਲ ਰਿਲੀਜ਼ ਤੇ ਆਡੀਅੰਸ ਨੇ ਵੀ ਪਸੰਦ ਮੈਡਲ ਮਿਲ ਗਿਆ ਤੁਹਾਨੂੰ ਆਲ ਥੈਂਕ ਯੂ, ਹੁਣ ਕੀ ਕਹੋਗੇ? ਹੁਣ ਕੀ ਸਾਰਿਆਂ ਦਾ ਬਹੁਤ ਵਧੀਆ, ਤੁਸੀਂ ਦੱਸੋ ਤੁਹਾਨੂੰ ਕਿੱਦਾਂ? ਮੇਰੀ ਤਾਂ ਡੈਬਿਊ ਹੈ ਨਾ, ਡੈਬਿਊ ਦੇ ਵਿੱਚ ਹਰ ਇੱਕ ਨੂੰ ਹੁੰਦਾ ਮੈਂ ਪਤਾ ਨਹੀਂ ਕਿੱਦਾਂ ਦਾ ਪਰਫਾਰਮ ਕੀਤਾ ਹੋਊਗਾ, ਲੋਕ ਪਸੰਦ ਕਰਨਗੇ ਕਿੱਦਾਂ ਦਾ, ਆਡੀਅੰਸ ਕਹਿ ਰਹੀ ਹੈ ਕਿ ਮਨ ਦੀ ਡੈਬਿਊ ਨਹੀਂ ਲੱਗੀ। ਥੈਂਕ ਯੂ ਸੋ ਮਚ, ਤੇ ਸਾਰੇ ਬਹੁਤ ਜ਼ਿਆਦਾ ਪਰਫਾਰਮ ਕਰ ਰਹੇ ਨੇ, ਥੈਂਕ ਯੂ। ਇੱਕ ਇੱਕ ਗਾਣੇ ਤੁਸੀਂ ਮਿਸ ਕੀਤੇ ਹੋਣਗੇ, ਗਾਣੇ ਜਰੂਰ ਜਰੂਰ ਦੇ ਦਿਓ, ਕੋਈ ਇੱਦਾਂ ਹੋ ਸਕਦਾ ਕਿ ਅਸੀਂ ਉਹਨਾਂ ਗਾਣੇ ਨੂੰ ਸੁਣ ਸਕੀਏ ਕੋਈ ਇੱਦਾਂ? ਗਾਣੇ ਰਿਲੀਜ਼ ਕਰਾਂਗੇ ਆਪਾਂ, ਪਰ ਉਹ ਵਿੱਚੋਂ ਗਾਣੇ ਫਿਲਮ 'ਚ ਜਿਹੜੇ ਗੈਪ ਕੀਤੇ ਉਹ ਸੈਂਸਰ ਨਹੀਂ ਕੀਤੇ, ਉੱਥੇ ਬੈਕਗਰਾਉਂਡ ਮਿਊਜ਼ਿਕ ਚੱਲਦਾ ਹੈ, ਚਲੋ ਕੋਈ ਗੱਲ ਨਹੀਂ, ਪਰ ਜੋ ਪੂਰੀ ਹੋ ਗਈ ਮੈਂ ਕਹਿੰਦਾ ਹੁੰਦਾ ਸੀ ਫਿਲਮ 'ਚ ਗਾਣੇ ਨਹੀਂ ਚਾਹੀਦੇ। ਹਾਂ ਉਹ ਕਿਤੇ ਨਾ ਕਿਤੇ ਉਹ ਚੀਜ਼ਾਂ ਨਹੀਂ ਚੱਲਦੀਆਂ, ਗਾਣੇ ਨਹੀਂ ਚਾਹੀਦੇ।